ਮਾਂ ਬਾਪ ਤੋਂ ਸਿਵਾ ਔਲਾਦ ਦਾ ਹਮਦਰਦ ਨੀਜੇ ਕੋਈ ਮੁਸ਼ਕਲ ਵਕਤ ਪੈਂਦੇ ਮਾਂ ਬਾਪ ਤੋਂ ਸਿਵਾ ਕਿਤੇ ਨੀਜੇ ਢੋਈ ਸਭ ਰਿਸ਼ਤੇ ਆਪਣੀ ਆਪਣੀ ਜਗ੍ਹਾ ਅਲਾ ਦੇ ਬਣਾਏ ਹੋਏ ਨੇ ਪਰ ਮਾਂ ਪਿਓ ਤੇ ਮਾਪਿਓ ਜਾਇਆਂ ਦੀ ਰੀਸ ਨੀਜੇ ਕੋਈ ਅੱਲਾ ਨੂੰ ਤੇ ਕਿਸੇ ਵੇਖਿਆ ਨਹੀਂ ਰਹਿਮਤਾਂ ਤੋਂ ਪਛਾਨਿਆ ਜਾਂਦਾ ਏ ਇਹ ਮਾਂ ਹੀ ਐਸਾ ਰਿਸ਼ਤਾ ਏ ਜਿੱਥੋਂ ਪਛਾਨ ਰੱਬ ਦੀ ਹੋਈ ਪਹਿਲੇ ਔਲਾਦ ਸਾਹ ਹਮ ਸਾਹਬੇ ਔਲਾਦ ਆ ਕੀਤੀ ਸੋਚ ਵਿਚਾਰ ਇੱਕ ਅਥਰੂ ਕੇਰਨ ਤੇ ਚੀਜ਼ ਮਿਲ ਜਾਂਦੀ ਸੀ ਹੁਣ ਆਟੇ ਲੂਣ ਦਾ ਭਾ ਪਤਾ ਚੱਲਿਆ ਤੇ ਮਾਂ ਪਿਓ ਦੀ ਕਦਰ ਜੇ ਹੋਈ ਪਹਿਲੇ ਨੂੰ ਸਾਂ ਤੇ ਕਹਿੰਦੀ ਸਾਂ ਮੈਂ ਚੰਗੀ ਹੁਣ ਸੱਸ ਬਣੀ ਤੇ ਮੈਂ ਇਹ ਮੈਂ ਵਿੱਚੋਂ ਕੱਢਣੀ ਪੈਣੀ ਹੁਣ ਉਹ ਫਸਲ ਵੱਢਣ ਦਾ ਵੇਲਾ ਆਇਆ ਜਿਹੜੀ ਹੱਥੀ ਸੀ ਮੈਂ ਬੋਈ ਬੁੱਢੀ ਦੀ ਇੱਜ਼ਤ ਤੇ ਪਿਆਰ ਕਰਨ ਦਾ ਅੱਲਾ ਤੇ ਅੱਲਾ ਦੇ ਰਸੂਲ ਨੇ ਵੀ ਦੱਸਿਆ ਹੈ ਪਰ ਮਾਂ ਦੇ ਕਦਮਾਂ ਥੱਲੇ ਜੰਨਤ ਇਹ ਬਿਨ ਇੱਜ਼ਤ ਕਿੱਥਾਂ ਹਾਸਲ ਨਹੀਂ ਜੇ ਹੋਈ ਔਲਾਦ ਕਿਸੇ ਦੀ ਨਾ ਫਰਮਾਨ ਹੋਵੇ ਮਾਂ ਫੇਰ ਵੀ ਪਰਦੇ ਪਾਉਂਦੀ ਏ ਅੱਜ ਬੁੱਢੀਆਂ ਪਿੱਛੇ ਲੱਗ ਕੇ ਮਾਂ ਦਾ ਪਰਦਾ ਰਹਿਣ ਦਿੱਤਾ ਨੀ ਜੇ ਕੋਈ ਮਾਂ ਪਿਓ ਅੱਗੇ ਉਫ ਕਰਨ ਦਾ ਵੀ ਹੁਕਮ ਨਹੀਂ ਜੇ ਮਾਫੀ ਮੰਗ ਲੋ ਮਰਨ ਤੋਂ ਪਹਿਲਾਂ ਮਰਨ ਤੋਂ ਬਾਅਦ ਨਾ ਫਰਮਾਨ ਔਲਾਦ ਦੀ ਰੱਬ ਦੇ ਘਰ ਬਖਸ਼ਿਸ਼ ਨਹੀਂ ਜੇ ਕੋਈ ਜੈਸੀ ਕਰਨੀ ਵੈਸੀ ਭਰਨੀ ਇਹ ਬਚਪਨ ਤੋਂ ਸੁਣਦੇ ਆਏ ਆ ਜੋ ਬੀਜਿਆ ਉਹੀ ਵੜਨਾ ਇਹਦੇ ਵਿੱਚ ਸ਼ੱਕ ਨਹੀਂ ਜੇ ਕੋਈ ਮਾਂ ਪਿਓ ਬਗੈਰ ਜ਼ਿੰਦਗੀ ਨਹੀਂ ਸਭ ਰਿਸ਼ਤੇ ਨਾਤੇ ਝੂਠੇ ਨੇ ਮਾਂ ਮਨਨ ਤੋਂ ਬਾਅਦ ਪਤਾ ਚੱਲਿਆ ਬੰਦੇ ਦੀ ਵਕਤ ਨਹੀਂ ਜੇ ਕੋਈ